ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਇੱਕ ਇਨੋਵਾ ਗੱਡੀ ਰੁੜ ਗਈ ਔਰ ਇਸ ਗੱਡੀ ਦੇ ਵਿੱਚ ਸਵਾਰ 11 ਦੇ ਵਿੱਚੋਂ 10 ਦੀ ਦਰਦਨਾਕ ਮੌਤ ਹੋਈ ਹੈ। ਇੱਕ ਦਾ ਰੈਸਕਿਊ ਕੀਤਾ ਗਿਆ ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਹੁਸ਼ਿਆਰਪੁਰ ਦੇ ਪਿੰਡ ਜੈਜੋ ਦਾ ਇਹ ਪੂਰਾ ਮਾਮਲਾ ਹੈ। ਗੱਡੀ ਦੇ ਵਿੱਚ ਸਵਾਰ 11 ਬੰਦਿਆਂ ਦੇ ਵਿੱਚੋਂ ਇੱਕ ਦੀ ਜਾਨ ਬਚ ਗਈ, ਜਿਨ੍ਹਾਂ ਦੇ ਵਿੱਚੋਂ 9 ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਮਰਨ ਵਾਲੇ ਇੱਕੋ ਹੀ ਪਰਿਵਾਰ ਦੇ ਨਾਲ ਸੰਬੰਧਿਤ ਸਨ। ਪਿੰਡ ਦੇ ਲੋਕਾਂ ਦੇ ਵੱਲੋਂ ਦੀਪਕ ਨਾਂ ਦੇ ਇੱਕ ਵਿਅਕਤੀ ਨੂੰ ਬਚਾ ਲਿਆ ਗਿਆ, ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਗੱਡੀ ਦੇ ਵਿੱਚ ਸਵਾਰ ਵਿਅਕਤੀ ਇੱਕੋ ਹੀ ਪਰਿਵਾਰ ਦੇ ਨੇ ਤੇ ਇਹ ਸਾਰੇ ਹਿਮਾਚਲ ਪ੍ਰਦੇਸ਼ ਦੇ ਪਿੰਡ ਦੇਹਲਾ ਮਹਿਤਪੁਰ ਤੋਂ ਨਵਾਂ ਸ਼ਹਿਰ ਵਿਆਹ ਦੇ ਲਈ ਜਾ ਰਹੇ ਸੀ। ਪੁਲਿਸ ਅਤੇ ਪਿੰਡ ਵਾਸੀਆਂ ਦੇ ਵੱਲੋਂ ਰੁੜ ਗਏ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਉੱਚ ਅਧਿਕਾਰੀ ਅਤੇ ਕੁਦਰਤੀ ਆਫਤ ਪ੍ਰਬੰਧਨ ਦੀਆਂ ਟੀਮਾਂ ਮੌਕੇ ਤੇ ਮੌਜੂਦ ਨੇ ਔਰ ਦੂਜੇ ਬੰਨੇ ਹੁਸ਼ਿਆਰਪੁਰ ਦੇ MP ਡਾਕਟਰ ਰਾਜ ਕੁਮਾਰ ਚੱਬੇਵਾਲ ਵੀ ਇਸ ਥਾਂ ਤੇ ਪਹੁੰਚ ਗਏ ਨੇ, ਜਿਨ੍ਹਾਂ ਦੇ ਵੱਲੋਂ ਇਸ ਘਟਨਾ ਤੇ ਦੁੱਖ ਪ੍ਰਗਟਾਇਆ ਗਿਆ। ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਇੱਕ ਇਨੋਵਾ ਗੱਡੀ ਰੁੜ ਗਈ ਔਰ ਇਸ ਗੱਡੀ ਦੇ ਵਿੱਚ ਸਵਾਰ 11 ਦੇ ਵਿੱਚੋਂ 10 ਦੀ ਦਰਦਨਾਕ ਮੌਤ ਹੋਈ ਹੈ। ਇੱਕ ਦਾ ਰੈਸਕਿਊ ਕੀਤਾ ਗਿਆ ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਹੁਸ਼ਿਆਰਪੁਰ ਦੇ ਪਿੰਡ ਜੈਜੋ ਦਾ ਇਹ ਪੂਰਾ ਮਾਮਲਾ ਹੈ। ਗੱਡੀ ਦੇ ਵਿੱਚ ਸਵਾਰ 11 ਬੰਦਿਆਂ ਦੇ ਵਿੱਚੋਂ ਇੱਕ ਦੀ ਜਾਨ ਬਚ ਗਈ, ਜਿਨ੍ਹਾਂ ਦੇ ਵਿੱਚੋਂ 9 ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਮਰਨ ਵਾਲੇ ਇੱਕੋ ਹੀ ਪਰਿਵਾਰ ਦੇ ਨਾਲ ਸੰਬੰਧਿਤ ਸਨ। ਪਿੰਡ ਦੇ ਲੋਕਾਂ ਦੇ ਵੱਲੋਂ ਦੀਪਕ ਨਾਂ ਦੇ ਇੱਕ ਵਿਅਕਤੀ ਨੂੰ ਬਚਾ ਲਿਆ ਗਿਆ, ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਗੱਡੀ ਦੇ ਵਿੱਚ ਸਵਾਰ ਵਿਅਕਤੀ ਇੱਕੋ ਹੀ ਪਰਿਵਾਰ ਦੇ ਨੇ ਤੇ ਇਹ ਸਾਰੇ ਹਿਮਾਚਲ ਪ੍ਰਦੇਸ਼ ਦੇ ਪਿੰਡ ਦੇਹਲਾ ਮਹਿਤਪੁਰ ਤੋਂ ਨਵਾਂ ਸ਼ਹਿਰ ਵਿਆਹ ਦੇ ਲਈ ਜਾ ਰਹੇ ਸੀ। ਪੁਲਿਸ ਅਤੇ ਪਿੰਡ ਵਾਸੀਆਂ ਦੇ ਵੱਲੋਂ ਰੁੜ ਗਏ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਉੱਚ ਅਧਿਕਾਰੀ ਅਤੇ ਕੁਦਰਤੀ ਆਫਤ ਪ੍ਰਬੰਧਨ ਦੀਆਂ ਟੀਮਾਂ ਮੌਕੇ ਤੇ ਮੌਜੂਦ ਨੇ ਔਰ ਦੂਜੇ ਬੰਨੇ ਹੁਸ਼ਿਆਰਪੁਰ ਦੇ MP ਡਾਕਟਰ ਰਾਜ ਕੁਮਾਰ ਚੱਬੇਵਾਲ ਵੀ ਇਸ ਥਾਂ ਤੇ ਪਹੁੰਚ ਗਏ ਨੇ, ਜਿਨ੍ਹਾਂ ਦੇ ਵੱਲੋਂ ਇਸ ਘਟਨਾ ਤੇ ਦੁੱਖ ਪ੍ਰਗਟਾਇਆ ਗਿਆ। ਦੇਖੋ, ਜੇਜੋਂ ਇੱਕ ਉਹ ਪਿੰਡ ਹੈ ਜਿਹੜਾ ਹਿਮਾਚਲ ਤੇ ਪੰਜਾਬ ਦੀ ਬਿਲਕੁਲ ਬਾਉਂਡਰੀ ਤੇ ਹੈ, ਔਰ ਜਦੋਂ ਵੀ ਹੜ੍ਹ ਆਉਂਦੇ ਆ ਤੇ ਬਹੁਤ ਜ਼ਿਆਦਾ ਸਪੀਡ ਨਾਲ ਹੜ੍ਹ ਆਉਂਦੇ ਆ, ਬਹੁਤ ਤੇਜ਼ੀ ਨਾਲ ਆਉਂਦੇ ਆ, ਅਤੇ ਅੱਜ ਬਹੁਤ ਹੀ ਮੰਦਭਾਗੀ ਘਟਨਾ ਉੱਥੇ ਵਾਪਰੀ ਹੈ, ਜਿਸ ਦਾ ਬੇਹੱਦ ਦੁੱਖ ਹੈ। ਔਰ ਮੌਕੇ 'ਤੇ ਜਦੋਂ ਮੈਂ ਹੁਣ ਪਹੁੰਚਾ ਹੈ ਤਾਂ ਉੱਥੇ ਬਹੁਤ ਸਾਰੇ ਸਾਥੀਆਂ ਨੇ ਕੋਸ਼ਿਸ਼ ਵੀ ਕੀਤੀ ਕਿ ਇੱਕ ਇਨੋਵਾ ਸੀ, ਜਿਸ ਇਨੋਵਾ ਦੇ ਵਿੱਚ ਕਰੀਬ 12 ਜਣੇ ਜਿਹੜੇ ਉਹ ਸੀਗੇ ਡਰਾਈਵਰ ਅਤੇ ਬਾਕੀ 11 ਲੋਕ ਦੂਸਰੇ ਸੀ, ਕਿਸੇ ਵਿਆਹ 'ਤੇ ਜਾ ਰਹੇ ਸੀ, ਔਰ ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਵੀ ਅੱਗੇ ਫਲੋ ਬਹੁਤ ਹੈ, ਜ਼ਿਆਦਾ ਹੜ੍ਹ ਹੈ ਅਤੇ ਤੁਸੀਂ ਰੁਕ ਜਾਓ, ਪਰ ਉਹ ਨਹੀਂ ਰੁਕੇ, ਜਿਸ ਦੇ ਕਰਕੇ ਜਦੋਂ ਅੱਗੇ ਵਧੇ ਤਾਂ ਉਹ ਜਿਹੜੀ ਇਨੋਵਾ ਉਹ ਹੜ੍ਹ ਦੇ ਨਾਲ ਹੀ ਬਿਲਕੁਲ ਜਦੋਂ ਅੱਗੇ ਚਲੇ ਗਏ ਤਾਂ ਉਸ ਦੇ ਵਿੱਚ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਬਚਾਉਣ ਦੀ, ਪਰ ਉਹਦੇ ਵਿੱਚੋਂ ਸਿਰਫ ਇੱਕ ਜਣਾ ਹੀ ਬਚਾ ਸਕੇ, ਬਾਕੀ ਸਾਰਿਆਂ ਦੀ ਜਿਹੜੀ ਹੈ 9 ਬੋਡੀਜ਼ 'ਤੇ ਰਿਕਵਰ ਹੋ ਗਈਆਂ, ਜਿਹੜੀਆਂ ਕਿ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ, ਅਤੇ ਬਾਕੀ ਜਿਹੜੀਆਂ 2 ਬੋਡੀਜ਼ ਹੈ ਉਹ ਹਜੇ ਵੀ ਰਿਕਵਰ ਨਹੀਂ ਹੋਈਆਂ, ਉਹਨਾਂ ਦੀ 2 ਜਣੇ ਹਜੇ ਵੀ ਰਿਕਵਰ ਨਹੀਂ ਹੋਏ, ਉਹਨਾਂ ਦੀ ਭਾਲ ਜਾਰੀ ਹੈ। ਅਤੇ ਬਾਕੀ ਇੱਕ ਗੱਲ ਹੈ ਵੀ ਪ੍ਰਸ਼ਾਸਨ ਨੇ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਾਸ ਤੌਰ 'ਤੇ ਪਿੰਡ ਦੇ ਸਾਡੇ ਜਿੰਨੇ ਵੀ ਸਾਥੀ ਨੇ ਉੱਥੇ ਸਾਰੇ ਮੌਜੂਦ ਸੀ, ਉਹਨਾਂ ਵੱਲੋਂ ਬਹੁਤ ਕੋਸ਼ਿਸ਼ ਕੀਤੀ ਗਈ ਬਚਾਉਣ ਦੀ,
ਉਹਨਾਂ ਦੀਆਂ ਕੋਸ਼ਿਸ਼ਾਂ ਸਦਕਾ ਜਿਹੜਾ ਇੱਕ ਹੈ ਉਹ ਸਾਥੀ ਬਚਾਇਆ ਗਿਆ, ਪਰ ਬਾਕੀ ਬਚਾ ਨਹੀਂ ਸਕੇ। NDRF ਵੀ ਹਾਲਾਂਕਿ ਟਾਈਮ 'ਤੇ ਪਹੁੰਚ ਗਈ ਸੀ। ਸੋ ਬਹੁਤ ਹੀ ਮੰਦਭਾਗੀ ਘਟਨਾ ਹੈ, ਬਹੁਤ ਹੀ ਦੁੱਖ ਹੈ। ਕਿੱਦਾਂ ਦੇਖਦੇ ਹੋ ਪ੍ਰਸ਼ਾਸਨ ਵੱਲੋਂ ਰੈੱਡ ਅਲਰਟ ਵੀ ਜਾਰੀ ਕੀਤਾ ਗਿਆ, ਪਰ ਇੱਦਾਂ ਦੇ ਹਾਦਸੇ ਹੋਣੇ ਜਾਂ ਕਿੱਦਾਂ, ਕਿਹਦੀ ਗਲਤੀ ਮੰਨਦੇ ਹੋ ਕਿ ਪ੍ਰਸ਼ਾਸਨ ਦੀ ਗਲਤੀ ਹੈ ਕਿ ਕਿਸ ਚੀਜ਼ ਦੀ? ਮੈਂ ਸਮਝਦਾ ਕਿ ਪ੍ਰਸ਼ਾਸਨ ਵੱਲੋਂ ਅਲਰਟ ਜਿਹੜੇ ਆ ਬਿਲਕੁਲ ਹਾਈ ਅਲਰਟ ਜਾਰੀ ਹੈ, ਪਰ ਕਿਤੇ ਨਾ ਕਿਤੇ ਹਰ ਪਾਸੇ ਜਿਹੜੀ ਆ, ਜਿੱਦਾਂ ਹੁਣ ਉਹ ਜੇਕਰ ਆਪਾਂ ਇਸ ਇੰਸੀਡੈਂਟ ਦੀ ਗੱਲ ਕਰ ਲਈਏ, ਉਹਨਾਂ ਨੂੰ ਹਾਲਾਂਕਿ ਮੌਕੇ 'ਤੇ ਮੌਜੂਦ ਜਿਹੜੇ ਸਾਥੀ ਸੀ ਸਾਡੇ, ਉਹਨਾਂ ਨੇ ਕਿਹਾ ਵੀ ਅੱਗੇ ਬਹੁਤ ਖਤਰਾ ਹੈ, ਤੁਸੀਂ ਰੁਕ ਜਾਓ। ਪਰ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਉਹਨਾਂ ਨੇ ਕੋਸ਼ਿਸ਼ ਕੀਤੀ, ਸ਼ਾਇਦ ਜਲਦੀ ਸੀਗੇ ਵਿਆਹ 'ਚ ਜਾਣਾ ਸੀ ਕਿਤੇ, ਪਰ ਉਹ ਰੁਕੇ ਨਹੀਂ। ਸੋ ਕਿਤੇ ਨਾ ਕਿਤੇ ਜਿਹੜੀ ਗਲਤੀ ਹੈ ਉਹ ਮੈਂ ਸਮਝਦਾ ਕਿ ਦੋਵੇਂ ਪਾਸਿਓਂ ਜਾਂ ਕਿਸੇ ਪਾਸਿਓਂ ਰਹਿੰਦੀ ਹੈ, ਜਾਂ ਆਪਣੀ ਕਿਸਮਤ ਹੀ ਕਈ ਵਾਰ ਮਾੜੀ ਹੁੰਦੀ ਹੈ। ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਾਂ ਮੈਂ ਸਮਝਦਾ ਕਿ ਜੋ ਉਪਰਾਲੇ ਕੀਤੇ ਗਏ ਉਹ ਇਸ ਤੋਂ ਜ਼ਿਆਦਾ ਤੇਜ਼, NDRF ਟੀਮ ਨੂੰ ਵੀ ਐਨ ਮੌਕੇ 'ਤੇ ਬੁਲਾ ਲੈਣਾ, ਇਸ ਤੋਂ ਜ਼ਿਆਦਾ ਤੇਜ਼ ਉਪਰਾਲਾ ਜਿਹੜਾ ਕੀਤਾ ਨਹੀਂ ਜਾ ਸਕਦਾ। ਪਰ ਉਹ ਹੜ੍ਹ ਇੰਨਾ ਸੀ, ਪਾਣੀ ਇੰਨਾ ਸੀ ਕਿ ਉਹਦੇ ਵਿੱਚ ਜਿਹੜੀ ਡਰਾਊਨਿੰਗ ਦੇ ਨਾਲ, ਡੁੱਬਣ ਦੇ ਨਾਲ ਮੌਤਾਂ ਜਿਹੜੀਆਂ ਉਹ ਇੱਕਦਮ ਹੋਈਆਂ। ਪ੍ਰਸ਼ਾਸਨ ਵੱਲੋਂ ਹੁਣ ਲਾਸਟ ਕਦਮ ਕੀ ਚੱਕਿਆ? ਨਹੀਂ, ਪ੍ਰਸ਼ਾਸਨ ਵੱਲੋਂ ਤਾਂ ਜਿਹੜੀ ਬਾਕੀ ਜਿਹੜੀਆਂ ਦੋ ਬੋਡੀਜ਼ ਰਹਿੰਦੀਆਂ ਉਹਨਾਂ ਨੂੰ ਜਿਹੜਾ ਰਿਕਵਰ ਕਰਨ ਦੇ ਲਈ, ਉਹ ਜੇਕਰ ਉਹਨਾਂ ਦੇ ਸ਼ਖਸ ਕੋਈ ਜਿਉਂਦਾ ਹੈ ਜਾਂ, ਕਿਉਂਕਿ ਹਜੇ ਤਾਂ ਆਈਡੈਂਟੀਫਾਈ ਨਹੀਂ ਲੱਭੇ ਨਹੀਂ ਸਕੇ, ਸੋ ਉਹਦੇ ਲਈ ਭਾਲ ਜਿਹੜੀ ਆ ਦੋ ਰਹਿੰਦੇ ਆ, ਉਹਨਾਂ ਲਈ ਭਾਲ ਜਿਹੜੀ ਆ ਉਹ ਜਾਰੀ ਹੈ।